आप सुन रहे हो पंजाबी लहरां विद शिवराज सिंह कुमार। लेडीज जेंटलमैन, अज इस वेले मेरे नाल स्टूडियो दे विच ने साडे पंजाबी दे एक्टर ते सिंगर, कमाल दे गायक, कमाल दी एक्टिंग। बहुत काफ़ी समा हो गया, लंबे समय तो गीत गाँवते आ रहे हैं, तो हुण पंजाबी सिनेमे दे विच इन्हां ने वट कढ़े पए ने। सो स्वागत करते हैं जी गिप्पी ग्रेवाल। थैंक यू भाजी, सारिआं नूं पहलां तां प्यार भरी सति श्री अकाल जी मेरे वल्लों। गिप्पी भाजी, ये दसो कि तुसी फिल्म आ रही ने, ये समा किवें कढ़िया इत्थे आउण दा? हुण तां जी ऑलमोस्ट कह सकते हैं आपां कि एक किस्म दीआं छुट्टियां चल रही ने। अच्छा अच्छा अच्छा। अमेरिका मेरा टूर चल रहा सीगा, शोज़ ने, ते मेरा अपना पिंड है जी सरी, ते इत्थों ही शुरू हुई सी सारी कारवाई, स्ट्रगल इत्थों ही शुरू हुई सी, ते इत्थे घर आ मेरा। ते मैं हुण की आ कि वीकेंड दे उत्ते अमेरिका शो ला लईदे ने। अच्छा। ते वीक डेज दे उत्ते इधर नूं आ जांदे आ, 4-5 दिन फिर इत्थे कट के जाईदे। जदों अमेरिका शो लाउण जांदे तां किहड़े किहड़े स्टेट्स विच घुम्मदे? हले शुरू कीते आ जी, हले लास्ट वीक इक ही शो सीगा कैंसस सिटी। अच्छा। ते हुण सैटरडे नूं हैगा जी न्यू जर्सी, फिर हैगा वाशिंगटन ते बोस्टन, तीन शो इकट्ठे ने जी हुण। क्या बात, क्या वाह। असीं तां सिर्फ मतलब कि नाम देख लईदे ने कि भाई आ मैप दे उत्ते बोस्टन इत्थे आ गया। तुसीं तां महाराज जाके आउंदे सारे पासे। असीं वी हुणी देखण लगे आं जी। अच्छा, इह दसो कि गिप्पी ग्रेवाल ने जदों पंजाबी फिल्मां शुरू कीतियां जी भाजी, जिस दिन तुसीं पहली फिल्म अपनी शुरुआत कीती जी, उस तों बाद अज दी डेट दे विच जट जेम्स बॉन्ड तों बाद कैसा फील कर रहा है गिप्पी ग्रेवाल, किन्ना कॉन्फिडेंस आ गया? देखो जी, बहुत फर्क पै जाता। मैं लगता कि जो मैं पहली फिल्म शुरू की सी मेल करा दे रब्बा, तो उदों तो पता ही नहीं सीगा कि फिल्मा की ने ना। मैं कदे मैं ये सोचा सी जिंदगी कि मैं इस मुकाम ते पहुँचूंगा जां इत्थे तक पहुँचांगे जां नहीं पहुँचांगे। उदों तो मेरे को फिल्म आई जिम्मी ते नवनीत सिंह जिहड़े डायरैक्टर सी, वो आए कहिंदे एक रोल करना, इदां इदां दा रोल आ। मैं कहा यार ठीक आ, मैं कहा जिम्मी दीआं फिल्मां चलदीआं ने, आपां विच उदां ही नाल होके देख लैंदे आ, चल गई तां ठीक आ, जे फेल होगी तां जिम्मी दी होई आ। ਉਹ ਫਿਲਮ ਐਸੀ ਚੱਲੀ, ਉਸ ਤੋਂ ਬਾਅਦ ਕੰਟੀਨਿਊ ਫਿਲਮਾਂ ਬਣਦੀਆਂ ਰਹੀਆਂ, ਕਦੇ ਸੋਚਿਆ ਨਹੀਂ ਸੀ। ਸੋ ਅੱਜ ਜੱਟ ਜੇਮਸ ਬੌਂਡ ਤੱਕ ਪਹੁੰਚ ਗਿਆ ਜੀ। ਸੋ ਕੌਨਫੀਡੈਂਸ ਲੈਵਲ ਆ ਜਿਹੜਾ, ਪਰਫੋਰਮੈਂਸ ਦਾ ਲੈਵਲ ਆ ਜਿਹੜਾ, ਉਹ ਹਰ ਵਾਰੀ ਅੱਪ ਹੁੰਦਾ ਗਿਆ ਡੇ ਬਾਏ ਡੇ, ਕਿਉਂਕਿ ਨਵੀਆਂ ਚੀਜ਼ਾਂ ਹਰ ਫਿਲਮ 'ਚ ਸਿੱਖਦੇ ਸੀਗੇ। ਜਿਹੜੀ ਚੀਜ਼ ਸਿੱਖੀ ਜਾਂਦੀ ਆ ਫਿਰ ਉਹਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਬੰਦੇ ਨੂੰ, ਫਿਰ ਬੰਦਾ ਕੌਨਫੀਡੈਂਸ ਨਾਲ ਕਰਦਾ ਕਿ ਯਾਰ ਮੈਨੂੰ ਇਹ ਚੀਜ਼ ਪਤਾ ਵਾ। ਸੋ ਪਹਿਲਾਂ ਨਹੀਂ ਸੀ ਪਤਾ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਬਣਨੀ ਆ ਜੀ। ਇੱਕ ਹੋਰ ਗੱਲ ਕਿ ਨੈਚੁਰਲੀ ਤੁਸੀਂ ਹੁਣ ਆਲਮੋਸਟ ਹਰ ਪੰਜਾਬੀ ਐਕਟਰ ਨਾਲ ਕੰਮ ਕੀਤਾ ਜੀ, ਜੇ ਗੱਲ ਕਰੀਏ ਬੀਨੂ ਢਿੱਲੋਂ, ਗੁਰਪ੍ਰੀਤ ਘੁੱਗੀ ਜੀ, ਜੀ ਭੱਲਾ ਸਾਹਿਬ, ਬਿਲਕੁਲ ਮੇਰਾ ਨਹੀਂ ਖਿਆਲ ਕਿ ਵੀ ਕੋਈ ਐਸਾ ਐਕਟਰ ਆ ਜਿਹਨਾਂ ਨਾਲ ਤੁਸੀਂ ਕੰਮ ਨਾ ਕੀਤਾ ਹੋਵੇ। ਹੂ ਇਜ਼ ਦ ਬੈਸਟ ਐਕਟਰ ਤੁਹਾਡੀ ਨਜ਼ਰ ਵਿੱਚ, ਕਿ ਵੀ ਜਿਹੜਾ ਬੰਦਾ ਪਹਿਲੇ ਟੇਕ 'ਚ ਕੰਮ ਖਤਮ ਹੋਇਆ, ਐਂਡ ਯੂ ਨੋ ਜਸਟ ਤੁਹਾਡੀ ਇੱਕ ਇਨਪੁੱਟ ਲੈਣੀ ਚਾਹੁੰਦੇ ਹਾਂ ਕਿ ਵੀ ਇਹਨਾਂ ਸਾਰੇ ਐਕਟਰਸ ਬਾਰੇ, ਕਿਉਂਕਿ ਅਸੀਂ ਤਾਂ ਸਿਰਫ ਦੂਰੋਂ ਦੇਖਦੇ ਹਾਂ। ਦੇਖੋ ਜੀ, ਮੈਂ ਤਕਰੀਬਨ ਤੁਸੀਂ ਜਿਹਨਾਂ ਦੇ ਨਾਲ ਲੈਨੇ ਸਾਰਿਆਂ ਨਾਲ ਕੰਮ ਕੀਤਾ, ਉਸ ਤੋਂ ਬਾਅਦ ਮੈਂ ਹੁਣ ਰੀਸੈਂਟ ਧਰਮ ਭਾਜੀ ਨਾਲ ਕੰਮ ਕਰ ਰਿਹਾ ਵਾਂ। ਮੇਰੀ ਫਿਲਮ ਮੈਂ ਕੰਪਲੀਟ ਕਰਕੇ ਆਇਆ, ਡਬਲ ਦੀ ਟ੍ਰਬਲ। ਅੱਛਾ। ਤੇ ਉਹਦੇ 'ਚ ਮੈਂ ਅਤੇ ਧਰਮ ਭਾਜੀ ਸਾਰੀ ਫਿਲਮ 'ਚ ਅਸੀਂ ਦੋਨੇ ਹੀ ਹਾਂ, ਪਿਓ ਪੁੱਤ ਬਣੇ ਹੋਏ, ਜ਼ਿਆਦਾ ਫਿਲਮ ਉਸਦੇ ਆ। ਸੋ ਸਾਰਿਆਂ ਨੇ ਕੀਤਾ, ਮੈਨੂੰ ਲੱਗਦਾ ਕਿ ਜਿੰਨੇ ਬੰਦੇ ਜਿਹੜਾ ਜਿੰਨਾ ਵਧੀਆ ਐਕਟਰ ਆ ਉਹ ਉਨਾ ਟਾਈਮ ਜ਼ਿਆਦਾ ਲਾਉਂਦਾ ਜੀ। ਹਾਂਜੀ, ਉਹਨੂੰ ਆਪਣੇ ਵਿੱਚ ਹੀ ਬਹੁਤ ਗਲਤੀਆਂ ਲੱਗਦੀਆਂ ਨੇ, ਹੈ ਨਾ। ਸ਼ੁਰੂ ਦੇ ਵਿੱਚ ਕੀ ਹੁੰਦਾ ਸੀ, ਮੈਨੂੰ ਇਹ ਚੀਜ਼ ਉਲਟੀ ਲੱਗਦੀ ਹੁੰਦੀ ਸੀ, ਕਿਉਂਕਿ ਜਦੋਂ ਮੈਂ ਟੇਕ ਕਰਦਾ ਸੀ ਮੈਂ ਓਕੇ ਕਰਨਾ, ਡਾਇਰੈਕਟਰ ਨੇ ਓਕੇ ਕਰ ਦੇਣਾ, ਮੈਂ ਕਹਿਣਾ ਲੈ ਮੈਂ ਤਾਂ ਪਹਿਲੀ ਵਾਰੀ ਜੀ ਓਕੇ ਕਰਤਾ, ਹੈ ਨਾ। ਤੇ ਇੱਧਰ ਦੇਖੋ ਬੀਨੂ ਢਿੱਲੋਂ 4-4 ਟੇਕ ਲੈ ਰਿਹਾ ਵਾ, ਹੈ ਨਾ। ਤੇ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਵੀ ਬੀਨੂ ਢਿੱਲੋਂ 4 ਟੇਕ ਕਿਉਂ ਲੈ ਰਿਹਾ, ਕਿਉਂਕਿ ਉਹ ਆਪਣੇ ਟੇਕ ਤੋਂ ਖੁਦ ਸੈਟਿਸਫਾਈਡ ਨਹੀਂ ਗਾ, ਹੈ ਨਾ। ਜਦੋਂ ਫਿਲਮ ਬਣ ਕੇ ਆਉਂਦੀ ਸੀ ਤਾਂ ਮੈਂ ਕਹਿੰਦਾ ਯਾਰ ਹਾਂ ਮੈਨੂੰ ਤਾਂ ਇੰਨੀਆਂ ਤਾੜੀਆਂ ਪਈਆਂ ਸੀ, ਹੁਣ ਥੀਏਟਰ 'ਚ ਬੀਨੂ ਦੇ ਨਾਂ ਦੀਆਂ ਤਾੜੀਆਂ ਪਈ ਜਾਂਦੀਆਂ, ਹੈ ਨਾ। ਸੋ ਬਾਅਦ ਵਿੱਚ ਇਹ ਚੀਜ਼ਾਂ ਸਿੱਖਣ ਨੂੰ ਮਿਲੀਆਂ। ਸੋ ਜਿੰਨੇ ਵਧੀਆ ਆਰਟਿਸਟ ਨੇ ਉਹ ਆਰਾਮ ਨਾਲ ਤਸੱਲੀ ਨਾਲ ਕੰਮ ਕਰਦੇ ਆ, ਟੇਕ ਲੈਂਦੇ ਆ ਜੀ। ਹਾਂਜੀ, ਵਾਹ ਜੀ, ਦੈਟਸ ਅ ਗੁੱਡ ਆਬਜ਼ਰਵੇਸ਼ਨ। ਗਿੱਪੀ ਗਰੇਵਾਲ ਹੁਣਾਂ ਦੇ ਗੀਤ ਬੜੇ ਹੀ ਪਾਪੂਲਰ ਨੇ, ਲੇਡੀਜ਼ ਐਂਡ ਜੈਂਟਲਮੈਨ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇੱਕ ਤੁਹਾਡਾ ਗੀਤ ਆਇਆ ਜਨਾਬ, ਸਰਕਾਰਾਂ ਚੱਲਦੀਆਂ ਜੀ, ਸਾਡੇ ਆਹੀਂ ਪੈਸਿਆਂ 'ਤੇ ਸਰਕਾਰਾਂ ਚੱਲਦੀਆਂ। ਆਪ ਸੁਣ ਰਹੇ ਹੋ 93.1 ਰੈਡ ਐਫ ਐਮ, ਅਤੇ ਮੈਂ ਤੁਹਾਡਾ ਹੋਸਟ ਸ਼ਿਵਰਾਜ ਸਿੰਘ ਘੁੰਮਣ, ਅਤੇ ਇਸ ਵੇਲੇ ਮੇਰੇ ਨਾਲ ਨੇ ਗਿੱਪੀ ਗਰੇਵਾਲ। ਗਿੱਪੀ ਭਾਅ ਜੀ, ਇਹ ਦੱਸੋ ਕਿ ਤੁਸੀਂ ਹੁਣੇ ਦੱਸਿਆ ਕਿ ਧਰਮ ਹੋਣਾ ਦੇ ਨਾਲ, ਧਰਮ ਭਾਅ ਜੀ ਨਾਲ ਕੰਮ ਕੀਤਾ, ਮਤਲਬ ਧਰਮਿੰਦਰ ਹੋਣਾ ਨਾਲ ਕੰਮ ਕੀਤਾ ਜੀ, ਇਹ ਕਿਵੇਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਬਿਕੋਜ਼ ਧਰਮਿੰਦਰ ਸੰਬਡੀ, ਮੇਰਾ ਖਿਆਲ ਹੈ ਕਿ ਵੀ ਸਾਡੇ ਵਰਗੇ ਵੇਖ ਵੇਖ ਕੇ ਉਹਨਾਂ ਨੂੰ ਵੱਡੇ ਹੋਏ ਨੇ ਹੌਲੀ ਹੌਲੀ, ਅਤੇ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਹੀ ਵਾਜ਼ ਵਨ ਆਫ ਦ ਬੈਸਟ ਐਕਟਰਸ ਡਿਊਰਿੰਗ ਹਿਸ ਟਾਈਮ। ਬਿਲਕੁਲ ਜੀ,
ਬਹੁਤ ਵਧੀਆ ਐਕਸਪੀਰੀਅੰਸ ਹੈ ਜੀ, ਕਿਉਂਕਿ ਇੱਕ ਡ੍ਰੀਮ ਸੀਗਾ, ਇੱਕ ਸੁਪਨਾ ਹੀ ਸੀਗਾ ਇਹ ਤਾਂ ਕਿ ਧਰਮ ਭਾਅ ਜੀ ਨਾਲ ਕੰਮ ਕਰਨਾ। ਸੋ ਮੈਂ ਜਦੋਂ ਪਹਿਲੀ ਵਾਰੀ ਭਾਅ ਜੀ ਨੂੰ ਮਿਲਿਆ ਸੀ, ਮੈਂ ਉਦਣ ਹੀ ਇਹ ਗੱਲ, ਇੱਕ ਪ੍ਰੈਸ ਕਾਨਫਰੰਸ ਚੱਲਦੀ ਸਾਡੀ, ਅਤੇ ਮੈਂ ਪ੍ਰੈਸ ਕਾਨਫਰੰਸ ਗਈ ਸੀ, ਮੈਂ ਕਿਹਾ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਅਤੇ ਜੇ ਮੈਂ ਐਕਟਿੰਗ ਕਰਨ ਲੱਗ ਜਾਂਦਾ ਸੀ, ਜੇ ਤਾਂ ਕੋਈ ਮੇਰਾ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਕੋਈ ਮੈਨੂੰ ਵਧੀਆ ਉਹਨੂੰ ਲੱਗਦਾ ਸੀਗਾ ਕਿ ਯਾਰ ਉਹਨੇ ਮੈਨੂੰ ਅਸੀਸ ਦੇਣੀ ਹੁੰਦੀ ਸੀ, ਤਾਂ ਉਹ ਕਹਿੰਦਾ ਸੀਗਾ ਯਾਰ ਵੱਡਾ ਹੋ ਗਿਆ ਤੂੰ ਧਰਮਿੰਦਰ ਵਰਗਾ ਐਕਟਰ ਬਣੇ। ਅਤੇ ਜੇ ਕਿਸੇ ਨੇ ਮੈਨੂੰ ਨਹੀਂ ਸੀ ਕੋਈ ਲਾਈਕ ਕਰਦਾ, ਉਹ ਵੀ ਇਹੀ ਕਹਿੰਦਾ ਸੀ, ਕਹਿੰਦਾ ਨਾ ਇਹ ਸਾਲਾ ਧਰਮਿੰਦਰ ਬਣ ਜੂ, ਹੈ ਨਾ। ਮੈਂ ਕਿਹਾ ਜੀ ਦੋਨੇ ਚੀਜ਼ਾਂ 'ਚ ਧਰਮ ਭਾਅ ਜੀ ਦਾ ਨਾਂ ਆਉਂਦਾ ਸੀ। ਸੋ ਪੰਜਾਬੀ ਬੰਦੇ ਨੇ ਜਿੰਨੇ ਵੀ ਪੰਜਾਬ ਸਾਰਾ ਹੀ ਜੀ, ਇਹਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਧਰਮ ਭਾਅ ਜੀ ਦੇ ਫੈਨ ਨੇ, ਅਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਮੇਰਾ ਰਿਹਾ ਜੀ, ਬੜੇ ਡਾਊਨ ਟੂ ਅਰਥ ਬੰਦੇ ਨੇ। ਜਿਹੜੀ ਇਹ ਫਿਲਮ ਤੁਸੀਂ ਦੱਸ ਰਹੇ ਹੋ ਡਬਲ ਟ੍ਰਬਲ, ਡਬਲ ਦੀ ਟ੍ਰਬਲ, ਡਬਲ ਦੀ ਟ੍ਰਬਲ ਮਤਲਬ ਕਿ ਵੀ ਇਹ 'ਚ ਡਬਲ ਰੋਲ ਹੈ ਤੁਹਾਡਾ? ਬਿਲਕੁਲ ਜੀ, ਮੇਰਾ ਵੀ ਡਬਲ ਰੋਲ ਆ ਜੀ, ਅਤੇ ਧਰਮ ਭਾਅ ਜੀ ਦਾ ਵੀ ਡਬਲ ਰੋਲ ਆ। ਕਿੰਨੇ ਸਮੇਂ ਦੇ ਵਿੱਚ ਤੁਹਾਡੀ ਸ਼ੂਟਿੰਗ ਵਗੈਰਾ ਖਤਮ ਹੋ ਗਈ? ਵੈਸੇ ਤਾਂ ਜੀ ਦੇਖੋ ਫਿਲਮ ਆਲਮੋਸਟ ਅਸੀਂ 45 to 50 ਡੇਜ਼ ਦੇ ਵਿੱਚ ਖਤਮ ਕਰ ਦਿੰਦੇ ਹਾਂ, 45-50 ਦਿਨਾਂ 'ਚ। ਬਟ ਇਹਨੂੰ ਥੋੜ੍ਹਾ ਟਾਈਮ ਜ਼ਿਆਦਾ ਲੱਗਿਆ ਜੀ, ਕਿਉਂਕਿ ਧਰਮ ਭਾਅ ਜੀ ਇੱਕ ਤਾਂ ਥੋੜ੍ਹੀ ਏਜ ਫੈਕਟਰ ਵੀ ਹੈ, ਅਤੇ ਸਾਰੀ ਫਿਲਮ ਦੇ ਵਿੱਚ ਦੋ ਗਿੱਪੀ ਨੇ, ਦੋ ਧਰਮਿੰਦਰ ਨੇ, ਜ਼ਿਆਦਾਤਰ ਇਹਨਾਂ ਦੇ ਉੱਤੇ ਹੀ ਆਲੇ ਦੁਆਲੇ ਫਿਲਮ ਘੁੰਮਦੀ ਹੈ। ਸੋ ਉਸ ਕਰਕੇ ਇਹ ਹੁੰਦਾ ਸੀ ਕਿ ਦਿਨ 'ਚ ਇੱਕ ਅੱਧਾ ਹੀ ਸੀਨ, ਇੱਕ ਹੀ ਸੀਨ ਸ਼ੂਟ ਕਰਦੇ ਸੀ ਅਸੀਂ ਸਿਰਫ, ਹਾਂਜੀ। ਅਤੇ ਭਾਅ ਜੀ ਗੱਲਾਂ ਗੁੱਲਾਂ ਮਾਰਨ ਲੱਗ ਗਏ ਜੇ, ਹੁਣ ਧਰਮਿੰਦਰ ਹੈ ਜੀ, ਅਤੇ ਛੇਤੀ ਛੇਤੀ ਆ ਕੇ ਕੋਈ ਐਵੇਂ ਨਹੀਂ ਕਹਿ ਸਕਦਾ ਭਾਅ ਜੀ ਸ਼ਾਰਟ ਰੈਡੀ ਹੈ, ਜੋ ਧਰਮ ਗੱਲ ਖਤਮ ਨਹੀਂ ਹੋਏਗੀ ਉਹ ਤਾਂ ਸਾਰੇ ਜਣੇ ਖਲੋਤੇ ਨੇ ਵੀ ਧਰਮਿੰਦਰ ਜੀ ਜਦੋਂ ਗੱਲ ਖਤਮ ਕਰ। ਪਰ ਭਾਅ ਜੀ ਦੀਆਂ ਗੱਲਾਂ ਹੀ ਇੰਨੀਆਂ ਇੰਟਰਸਟਿੰਗ ਹੁੰਦੀਆਂ ਸੀਗੀਆਂ, ਸੋ ਅਸੀਂ ਜਦੋਂ ਸੁਣਨ ਲੱਗਦੇ ਸੀਗੇ, ਸਾਨੂੰ ਵੀ ਇੱਕ ਲਾਈਫ ਦਾ ਐਕਸਪੀਰੀਅੰਸ ਪਤਾ ਲੱਗਦਾ ਸੀ ਕਿ ਯਾਰ ਐਡੇ ਵੱਡੇ ਸਟਾਰ ਨੇ, ਇਹਨਾਂ ਨੇ ਕੀ ਕੁਛ ਦੇਖਿਆ ਹੋਇਆ, ਕੀ ਚੀਜ਼ਾਂ ਨੇ। ਸੋ ਸਾਡਾ ਵੀ ਜ਼ਿਆਦਾ ਇੰਟਰਸਟ ਹੁੰਦਾ ਸੀ ਕਿ ਯਾਰ ਗੱਲਾਂ ਸੁਣ ਲਈ, ਅਸੀਂ ਵੀ ਕਹਿਣ ਲੈਂਦੇ ਸੀ ਭਾਅ ਜੀ 5 ਕੁ ਮਿੰਟ ਤੱਕ ਆਏ, ਹੈ ਨਾ, 5-10 ਮਿੰਟ ਤੱਕ ਆ, ਗੱਲ ਸੁਣ ਲਈਏ, ਗੱਲ ਸੁਣ ਲਈਏ। ਵੈਸੇ ਵੀ ਉਹ ਸ਼ੇਰ ਸ਼ਾਇਰੀ ਬਹੁਤ ਕਰਦੇ ਨੇ, ਉਹ ਲਿਖਦੇ ਵੀ ਨੇ ਜੀ, ਉਹ ਬਹੁਤ ਸ਼ੇਰੋ ਸ਼ਾਇਰੀ ਆਪ ਲਿਖਦੇ ਨੇ, ਗਾਣੇ ਵੀ ਲਿਖਦੇ ਨੇ। ਸੋ ਮੈਨੂੰ ਅਕਸਰ ਆਪਣੇ ਗਾਣੇ ਗੁਣੇ ਇਹਨਾਂ ਨੇ ਬਹੁਤ ਸੁਣਾਏ ਨੇ, ਕਹਿੰਦੇ ਵੀ ਤੂੰ ਕਾਕਾ ਕੋਈ ਫਿੱਟ ਆਉਂਦਾ ਗੀਤ ਗਾ ਦੇ, ਕਦਾ ਮੇਰਾ ਵੀ ਗੀਤ ਛੱਡੋ, ਗਾਵਾਂਗੇ ਜੀ ਬਿਲਕੁਲ ਫੋਕ ਐਨ। ਮੈਂ ਕਹਿੰਦਾ ਵੀ ਇਹੋ ਜਿਹੇ ਗੀਤ ਦੇਸੀ ਲਿਖਦੇ ਨੇ ਉਹ, ਮਤਲਬ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਕਦੇ ਪ੍ਰੋਪਰ ਪੰਜਾਬੀ ਬੋਲਦੇ ਜਾਂ ਪੰਜਾਬੀ 'ਚ ਨਹੀਂ ਸੁਣਿਆ ਹੈਗਾ, ਸੋ ਫਿਲਮ ਦੇਖ ਕੇ ਲੋਕ ਹੈਰਾਨ ਹੋ ਜਾਣਗੇ, ਇਹੋ ਜਿਹੇ ਅੱਖਰ ਉਹਨਾਂ ਨੇ ਕਈ ਬੋਲੇ ਨੇ ਵੀ ਮੈਂ ਖੁਦ ਐਡਾ ਪੇਂਡੂ ਬੰਦਾ ਵਾਂ, ਕਈ ਚੀਜ਼ਾਂ ਮੈਂ ਵੀ ਇੰਨੇ ਸਾਲਾਂ ਬਾਅਦ ਸੁਣੀਆਂ ਸੀਗੀਆਂ ਉਹਨਾਂ ਦੀ ਜ਼ਬਾਨ ਤੋਂ। ਦੈਟਸ ਕਨ ਬੀ ਆਸਮ। ਅੱਛਾ, ਜੱਟ ਜੇਮਸ ਬੌਂਡ ਫਿਲਮ ਨੈਚੁਰਲੀ ਤੁਹਾਡੀ ਆਈ ਅਤੇ ਲੋਕਾਂ ਨੇ ਬਹੁਤ ਪਸੰਦ ਕੀਤੀ ਜੀ, ਇਸ ਤੋਂ ਬਾਅਦ ਹੁਣ ਤੁਹਾਡੀ ਡਬਲ ਟ੍ਰਬਲ ਆ ਰਹੀ ਜੀ, ਅਤੇ ਉਸ ਤੋਂ ਬਾਅਦ ਵੀ ਕੋਈ ਪ੍ਰੋਜੈਕਟ ਲਾਈਨਡ ਅਪ ਨੇ ਜੀ? ਉਸ ਤੋਂ ਬਾਅਦ ਜੀ ਇੱਕ ਤਾਂ ਆ ਰਹੀ ਹੈ ਜੀ ਕੈਰੀ ਔਨ ਜੱਟਾ 2, ਉਹ ਹਾਂਜੀ ਬਿਲਕੁਲ, ਉਹਦੀ ਸ਼ੂਟ ਹੁਣ ਜਾ ਕੇ ਅਸੀਂ ਸਟਾਰਟ ਕਰਨੀ ਹੈ। ਉਸ ਤੋਂ ਬਿਨਾਂ ਜੀ 2-3 ਹਿੰਦੀ ਫਿਲਮਾਂ ਨੇ ਜੀ, ਬਾਲੀਵੁੱਡ 'ਚ ਐਂਟਰ ਕਰ ਰਹੇ ਹਾਂ ਜੀ, ਬਾਬੇ ਦੀ ਕਿਰਪਾ ਨਾਲ ਵਧੀਆ ਰਹੂਗੀ ਜੀ, ਪੰਜਾਬੀ ਸਟਾਈਲ ਫਿਲਮਾਂ 2-3 ਉੱਧਰ ਨੂੰ ਕਰਨ ਲੱਗੇ ਹਾਂ, ਵੱਡੇ ਕਾਰਪੋਰੇਟ ਹਾਊਸਾਂ ਨਾਲ ਨੇ, ਉਮੀਦ ਆ ਵਧੀਆ ਰਗਣੀਆਂ ਜੀ। ਸੋ ਜਿਹੜੀ ਮੈਂ ਖਿਆਲ ਡਬਲ ਟ੍ਰਬਲ ਤੁਸੀਂ ਦੱਸ ਰਹੇ ਹੋ, ਇਹ ਵੀ ਸ਼ਾਇਦ ਕਿਸੇ ਬਾਲੀਵੁੱਡ ਬੈਨਰ ਥੱਲੇ ਬਣ ਰਹੀ ਹੈ? ਮੁਕਤਾਰ ਸੀ, ਸੁਭਾਸ਼ ਕੇ ਜੀ ਹੋਰਾਂ ਨੇ ਪ੍ਰੋਡਿਊਸ ਕੀਤੀ ਹੈ, ਅਤੇ ਡਾਇਰੈਕਟਰ ਸਮੀਪ ਕੰਗ ਨੇ ਜੀ ਕੈਰੀ ਔਨ ਜੱਟਾ ਵਾਲੀ ਸੇਮ, ਅਤੇ ਇਹਦੇ 'ਚ ਧਰਮ ਭਾਅ ਜੀ ਅਤੇ ਮੈਂ ਤਾਂ ਹੈਗੀ ਹਾਂ, ਉਸ ਤੋਂ ਬਿਨਾਂ ਪੂਨਮ ਢਿੱਲੋਂ ਜੀ ਹੈ, ਕੁਲਰਾਜ ਰੰਧਾਵਾ, ਮਨੀਸ਼ਾ ਲਾਂਬਾ, ਗੁਰਪ੍ਰੀਤ ਘੁੱਗੀ ਜੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਅਵਤਾਰ ਗਿੱਲ, ਰਾਣਾ ਜੰਗ ਬਹਾਦਰ, ਸੋ ਬਹੁਤ ਵੱਡੀ ਕਾਸਟ ਹੈ ਜੀ। ਅਤੇ ਜਿਹੜੀ ਕੈਰੀ ਔਨ ਜੱਟਾ ਜਿਹੜੀ ਤੁਹਾਡੇ 2 ਦੱਸ ਰਹੇ ਹੋ, ਉਹਦੇ 'ਚ ਸੇਮ ਕਾਸਟ ਹੋਏਗੀ ਜਿਹੜੀ ਪੁਰਾਣੀ ਪਹਿਲਾਂ ਸੀਗੀ ਕੈਰੀ ਔਨ ਜੱਟਾ ਜੀ? ਆਲਮੋਸਟ, ਹਾਲੇ ਤੱਕ, ਕਿਉਂਕਿ ਜਿਹੜੇ ਬੰਦੇ ਸਾਈਨ ਕੀਤੇ ਹੋਏ ਨੇ ਮੈਨੂੰ ਪਤਾ ਜੀ, ਕਿਉਂਕਿ ਉਹ ਸਾਡੀ ਖੁਦ ਹੀ ਹੋਮ ਪ੍ਰੋਡਕਸ਼ਨ ਹੈ ਕੈਰੀ ਔਨ ਜੱਟਾ, ਪਹਿਲਾਂ ਵਾਲੀ ਅਸੀਂ ਆਪ ਪ੍ਰੋਡਿਊਸ ਕੀਤੀ ਸੀ ਫਿਲਮ, ਉਹਦੇ 'ਚ ਭੱਲਾ ਸਾਹਿਬ ਹੈਗੇ ਨੇ ਜੀ, ਬੀਨੂ ਬਾਈ ਹੈਗੇ ਜੀ, ਅਤੇ ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਮੈਂ, ਅਤੇ ਬਾਕੀ ਹਲੇ ਚੱਲ ਰਿਹਾ ਸਾਰਾ ਤਾਂ। ਸੋ ਲੈਟ ਮੀ ਗੈਸ ਕਿ ਵੀ ਉਹ ਵੀ ਜਿਹੜੀ ਹੈ ਕਨਫਿਊਜ਼ਨ 'ਤੇ ਬੇਸਡ ਹੋਏਗੀ? ਆਲਮੋਸਟ ਕਨਫਿਊਜ਼ਨ 'ਤੇ ਹੀ ਹੈ ਜੀ, ਹਾਂਜੀ। ਆਸਾ ਕਾਮੇਡੀ ਜਿਹੜੀ ਵੈਸੇ ਪੈਂਦੀ ਵੀ ਕਨਫਿਊਜ਼ਨ 'ਤੇ ਜੀ। ਮੇਰੇ ਨਾਲ ਇਸ ਵੇਲੇ ਸਟੂਡੀਓ ਵਿੱਚ ਹਨ ਗਿੱਪੀ ਗਰੇਵਾਲ, ਦ ਗ੍ਰੇਟ ਐਕਟਰ, ਸਾਡੇ ਪੰਜਾਬੀ ਐਕਟਰ ਵੀ ਨੇ, ਸਿੰਗਰ ਵੀ ਨੇ, ਬੜੇ ਲੰਬੇ ਸਮੇਂ ਤੋਂ ਗੀਤ ਗਾਉਂਦੇ ਆ ਰਹੇ ਨੇ। ਗਿੱਪੀ ਭਾਅ ਜੀ, ਇਹ ਦੱਸੋ ਕਿ ਤੁਹਾਡੀ ਕੋਈ ਨਵੀਂ ਹੁਣ ਐਲਬਮ ਵੀ ਆ ਰਹੀ? ਬਿਲਕੁਲ ਜੀ, ਨਵੀਂ ਐਲਬਮ ਲਾਸਟ ਮਤਲਬ 3-4 ਸਾਲ ਪਹਿਲਾਂ ਆਈ ਸੀ ਜੀ, ਦੇਸੀ ਰੌਕ ਸਟਾਰ, ਰਾਈਟ। ਸੋ ਹੁਣ ਦੇਸੀ ਰੌਕ ਸਟਾਰ 2 ਆਊਗੀ ਜੀ। ਓਕੇ। ਸੋ ਬਲਜੀਤ ਸਿੰਘ ਦਿਓ ਭਾਅ ਜੀ ਹੋਰਾਂ ਨੇ ਇੱਥੇ ਵੀਡੀਓ ਸ਼ੂਟ ਕੀਤੇ ਸੀ, ਇੱਥੇ ਹੀ ਸ਼ੂਟ ਕੀਤੇ ਸੀ, ਅਤੇ ਇੱਥੇ ਰਿਲੀਜ਼ ਕੀਤੀ ਸੀ ਆਪਣੇ ਰੈੱਡ ਐਫ ਐਮ ਕਾਲੇ ਭਾਅ ਜੀ ਹੋਰਾਂ ਨੇ ਕੀਤੀ ਸੀਗੀ, ਅਤੇ ਹੁਣ 2 ਕਰਨ ਲੱਗਿਆ ਜੀ ਉਹੀ ਐਲਬਮ, ਉਹਦੇ ਮਿਊਜ਼ਿਕ ਵੀਡੀਓ ਇੱਥੇ ਸ਼ੂਟ ਕਰਾਂਗੇ, ਅਤੇ ਉਮੀਦ ਆ ਕਿ 7-10 ਅਕਤੂਬਰ ਤੱਕ। ਮੋਸਟਲੀ ਜਿਹੜੇ ਤੁਹਾਡੀਆਂ ਫਿਲਮਾਂ ਹੁੰਦੀਆਂ ਨੇ, ਮੋਸਟ ਆਫ ਦ ਗੀਤ ਜਿਹੜੇ ਨੇ ਉਹ ਉਹਦੇ 'ਚ ਤੁਹਾਡੇ ਹੁੰਦੇ ਨੇ ਜੀ, ਅਤੇ ਜਿਵੇਂ ਜੱਟ ਜੇਮਸ ਬੌਂਡ ਦੀ ਜੇ ਗੱਲ ਕਰੀਏ ਜੀ, ਇਹਦੇ ਵਿੱਚ ਬਹੁਤ ਸਾਰੇ ਤੁਸੀਂ ਗੀਤ ਗਾਏ, ਇੱਕ ਗੀਤ ਜਿਸ ਦੀ ਕਾਫੀ ਫਰਮਾਇਸ਼ ਹੁੰਦੀ ਹੈ ਉਹ
ਮੈਨੂੰ ਸੋਹਣੇ ਫੀਮ ਦੇ ਵਰਗੀ ਨਾ ਰੱਖੀ ਚਾਂਦੀ ਦੀ ਡੱਬੀ ਚ ਪਾ ਕੇ ਰਾਈਟ ਰਾਈਟ ਸੋ ਇਹ ਜਿਹੜੇ ਗੀਤ ਨੇ ਜਾਂ ਜਿਹੜੇ ਵੀ ਤੁਹਾਡੇ ਵੱਖੋ ਵੱਖਰੇ ਰਾਈਟਰਸ ਹੁੰਦੇ ਨੇ ਜਿਹੜੇ ਲਿਖਦੇ ਨੇ ਜਾਂ ਕੋਈ ਕੋਈ ਪਰਟੀਕੁਲਰ ਇੱਕ ਤੁਹਾਡਾ ਕੋਈ ਖਾਸ ਨਹੀਂ ਜੀ ਵੱਖੋ ਵੱਖਰੇ ਹੁੰਦੇ ਨੇ ਜੀ ਡਿਪੈਂਡ ਕਰਦਾ ਜੀ ਜਿਹੜਾ ਜਿਹਦਾ ਗੀਤ ਵਧੀਆ ਅਸੀਂ ਸਾਰਿਆਂ ਲਈ ਓਪਨ ਹਾਂ ਕਿਉਂਕਿ ਬੜੇ ਨਵੇਂ ਮੁੰਡੇ ਵੀ ਸਾਨੂੰ ਗਾਣੇ ਭੇਜਦੇ ਨੇ ਪੁਰਾਣੇ ਰਾਈਟਰ ਵੀ ਹੈਗੇ ਨੇ ਸੋ ਜਿਹਦਾ ਗੀਤ ਵਧੀਆ ਲੱਗਦਾ ਸਿਚੁਏਸ਼ਨ ਦੇ ਅਕੋਰਡਿੰਗ ਸੋ ਜੱਟ ਜੇਮਸ ਬੌਂਡ ਫਿਰ ਵੀ ਥੋੜ੍ਹੀ ਡਿਫਰੈਂਟ ਫਿਲਮ ਸੀਗੀ ਨੋਰਮਲ ਫਿਲਮਾਂ 'ਚ ਮੇਰੇ ਗੀਤ ਹੁੰਦੇ ਨੇ ਇਹਦੇ ਵਿੱਚ ਅਸੀਂ ਦੋ ਗਾਣੇ ਰਾਹਤ ਸਾਹਿਬ ਦੇ ਵੀ ਸੀ ਅਤੇ ਦੋ ਗਾਣੇ ਆਰਿਫ ਲੋਹਾਰ ਦੇ ਵੀ ਸੀਗੇ ਅਤੇ ਇਹ ਸਾਰਿਆਂ ਦਾ ਮਿਕਸ ਜਿਹਾ ਮਿਊਜ਼ਿਕ ਸੀਗਾ ਫਿਲਮ ਦੇ ਅਕੋਰਡਿੰਗ ਸੀਗਾ ਕਿਉਂਕਿ ਜਿੱਦਾਂ ਦੀ ਸਿਚੁਏਸ਼ਨ ਹੁੰਦੀ ਆ ਫਿਲਮ ਦੇ ਵਿੱਚ ਕੀ ਹੋ ਜਾਂਦਾ ਕਿ ਅਸੀਂ ਥੋੜ੍ਹੇ ਬੰਨੇ ਹੁੰਦੇ ਹਾਂ ਸਾਡੇ ਹੱਥ ਬੰਨੇ ਹੁੰਦੇ ਨੇ ਅਸੀਂ ਖੁੱਲ੍ਹ ਕੇ ਖੇਡ ਨਹੀਂ ਸਕਦੇ ਹੈਗੇ ਕਿਉਂਕਿ ਸਿਚੁਏਸ਼ਨ ਤੋਂ ਬਿਲਕੁਲ ਬਾਹਰ ਜਾ ਕੇ ਗਾਣਾ ਨਹੀਂ ਅਸੀਂ ਪਾ ਸਕਦੇ ਹੈਗੇ ਇੱਕ ਅੱਧਾ ਗਾਣਾ ਅਸੀਂ ਪਾ ਲੈਂਦੇ ਹਾਂ ਕੋਈ ਬਟ ਸਾਰੇ ਗਾਣੇ ਨਹੀਂ ਪਾਸਦੇ ਸੋ ਐਲਬਮ ਮੈਂ ਇਸੇ ਲਈ ਕੱਢਣੀ ਚਾਹੁੰਦਾ ਵਾਂ ਕਿਉਂਕਿ ਬੜੀ ਦੇਰ ਤੋਂ ਜਿਹੜਾ ਮੇਰਾ ਟੇਸਟ ਆ ਕਈ ਬੰਦੇ ਜਿਹੜੇ ਮੇਰੇ ਸਿਰਫ ਗਾਣਿਆਂ ਨਾਲ ਜੁੜੇ ਹੋਏ ਨੇ ਜੀ ਸੋ ਉਸ ਸਟਾਈਲ ਦੇ ਕਈ ਗਾਣੇ ਹਲੇ ਆਏ ਨੀਗੇ ਸੋ ਮੈਨੂੰ ਲੱਗਦਾ ਕਿ ਐਲਬਮ ਦੇ ਨਾਲ ਉਹ ਗਾਣੇ ਜਿਹੜੇ ਮੈਂ ਕੱਢਣੇ ਚਾਹੁੰਦਾ ਉਹ ਨਿਕਲਣਗੇ ਤੇ ਸਾਰਿਆਂ ਨੂੰ ਵਧੀਆ ਲੱਗਣਗੇ ਡਬਲ ਦੀ ਟ੍ਰਬਲ ਕਿਉਂਕਿ ਹੁਣ ਤੁਹਾਡੀ ਅੱਗੇ ਆਉਣ ਵਾਲੀ ਫਿਲਮ ਹੈ ਮੇਰੇ ਖਿਆਲ ਕਿ ਲੋਕੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਧਰਮਿੰਦਰ ਭਾਜੀ ਉਸ ਵਿੱਚ ਹਨ ਸੋ ਯੂ ਨੋ ਉਸ ਵਿੱਚ ਗੀਤ ਕਿਹਦੇ ਨੇ ਉਸ ਵਿੱਚ ਆਲਮੋਸਟ ਜੀ ਉਹਦੇ 'ਚ ਤਾਂ ਸਾਰੇ ਤਕਰੀਬਨ ਗੀਤ ਮੇਰੇ ਹੀ ਨੇ ਜੀ ਇੱਕ ਗਾਣਾ ਰਾਹਤ ਸਾਹਿਬ ਦਾ ਹੈ ਉਸ ਤੋਂ ਬਿਨਾਂ ਬਾਕੀ ਦੇ ਗਾਣੇ ਸਾਰੇ ਮੇਰੇ ਹੀ ਨੇ ਮੈਂ ਟਰਾਈ ਕਰ ਰਿਹਾ ਸੀਗਾ ਕਿ ਕਈ ਜਿਹੜੇ ਕਿਉਂਕਿ ਵੀਡੀਓ ਅਸੀਂ ਸ਼ੂਟ ਜਿਹੜੇ ਗਾਣੇ ਸ਼ੂਟ ਹੋਏ ਨੇ ਉਹਦੇ 'ਚ ਮੈਂ ਅਤੇ ਧਰਮ ਭਾਜੀ ਦੋਨਾਂ ਦੇ ਉੱਤੇ ਕਈ ਦੋ ਗਾਣੇ ਸ਼ੂਟ ਹੋਏ ਹੋਏ ਨੇ ਵਿੱਚ ਭਾਜੀ ਵੀ ਗਾ ਰਹੇ ਨੇ ਅੱਛਾ ਅਤੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਵੀ ਉਹ ਜਿਹੜੀ ਭਾਜੀ ਵਾਲੀ ਆਵਾਜ਼ ਆ ਕਿਸੇ ਹੋਰ ਸਿੰਗਰ ਦੀ ਕਰਾ ਦਈਏ ਬਟ ਭਾਜੀ ਕਹਿੰਦੇ ਮੈਨੂੰ ਠੀਕ ਲੱਗਦੀ ਆ ਕਹਿੰਦੇ ਮੈਂ ਚਾਹੁੰਦਾ ਵੀ ਜਦੋਂ ਮੈਂ ਗਾਉਂਦਾ ਫਿਰਾਂ ਤਾਂ ਮੇਰੀ ਆਵਾਜ਼ ਵੀ ਯੰਗ ਲੱਗੇ ਕਹਿੰਦੇ ਮੈਂ ਇਸ ਕਰਕੇ ਤੇਰੀ ਆਵਾਜ਼ ਰੱਖੀ ਹੋਈ ਆ ਸੋ ਹਾਲੇ ਅਸੀਂ ਉਹਦੇ 'ਚ ਕੋਈ ਦੂਜਾ ਸਿੰਗਰ ਨਹੀਂ ਪਾਇਆ ਹੈਗਾ ਹਾਲੇ ਮੇਰੇ ਹੀ ਨੇ ਮੇ ਬੀ ਸ਼ਾਇਦ ਇੱਕ ਅੱਧੇ 'ਚ ਅਸੀਂ ਟਰਾਈ ਕਰੀਏ ਜੀ ਕਿਸੇ ਨੂੰ ਸ਼ੋਰ 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 ਗਿੱਪੀ ਭਾਅ ਜੀ ਫੋਨ ਆਇਆ ਹੁਣੇ ਇੱਕ ਜੀ ਜ਼ਰੀਨ ਖਾਨ ਨੇ ਕਹਿੰਦੇ ਕਿ ਵੀ ਜਿਹੜੇ ਤੁਹਾਡੇ ਨਾਲ ਇਸ ਫਿਲਮ ਦੇ ਵਿੱਚ ਉਹ ਐਕਟ ਕਰ ਰਹੇ ਸਨ ਜੀ ਉਹਨਾਂ ਨੇ ਜਿਹੜੇ ਬੁਟੀਕ ਤੋਂ ਸੂਟ ਬਣਾਏ ਨੇ ਕਾਇੰਡਲੀ ਉਸ ਬੁਟੀਕ ਦਾ ਨਾਮ ਦੱਸ ਦਿਓ ਸੱਚੀ ਮੁੱਚੀ ਫੋਨ ਆਇਆ ਜੀ ਐਕਚੁਲੀ ਮੈਨੂੰ ਨਾ ਕੱਲ੍ਹ ਪਰਸੋਂ ਹੀ ਕੋਈ ਬੰਦਾ ਦੱਸ ਰਿਹਾ ਸੀ ਕਹਿੰਦਾ ਨਿਊਜ਼ੀਲੈਂਡ ਦੇ ਵਿੱਚ ਇੱਕ ਕੋਈ ਸ਼ੋਪ ਹੈ ਅਤੇ ਉਹਨੇ ਬਾਹਰ ਵੱਡਾ ਪੋਸਟਰ ਜੱਟ ਜੇਮਸ ਬੌਂਡ ਦਾ ਲਾ ਕੇ ਲਿਖਿਆ ਹੋਇਆ ਇੱਥੋਂ ਸੇਮ ਸੂਟ ਮਿਲਦੇ ਨੇ ਜੀ ਜਿਹੜੇ ਜ਼ਰੀਨ ਖਾਨ ਵਾਲੇ ਨੇ ਸੋ ਮੈਂ ਪਤਾ ਕਰਕੇ ਦੱਸ ਦੂੰ ਵੈਸੇ ਜ਼ਰੀਨ ਦੇ ਸੂਟ ਉੱਥੋਂ ਕਿੱਥੋਂ ਬਣੇ ਨੇ ਮੈਨੂੰ ਆਈਡੀਆ ਨਹੀਂ ਹੈਗਾ ਅਤੇ ਬਟ ਇੰਡੀਆ ਤਾਂ ਪੰਜਾਬ ਚਲੇ ਜਾਓ ਜਿਹੜਾ ਮਰਜ਼ੀ ਆ ਉਹਨੂੰ ਦਿਓਗੇ ਬਣਾਈ ਦੇਣਗੇ ਉਹ ਜੇ ਕਿਉਂਕਿ ਉੱਥੇ ਬਣਾਉਂਦੇ ਰਹਿੰਦੇ ਹਾਂ ਸਿਮਿਲਰ ਟੂ ਬਹੁਤ ਤਗੜੇ ਕਾਰੀਗਰ ਆ ਬਾਕੀ ਜੇ ਸੇਮ ਬੁਟੀਕ ਵੀ ਚਾਹੀਦਾ ਤਾਂ ਮੈਂ ਫਾਈਂਡ ਆਊਟ ਕਰਕੇ ਦੇ ਦੂੰ ਬਟ ਮੈਨੂੰ ਲੱਗਦਾ ਉਹ ਕਿਸੇ ਬੰਬੇ ਦੇ ਡਿਜ਼ਾਈਨਰ ਦੇ ਹੋਣੇ ਨੇ ਜੀ ਓਹ ਇਜ਼ ਇਟ ਮਸਟ ਬੀ ਸੋ ਜਿਹੜੀਆਂ ਫਿਲਮਾਂ ਤੁਸੀਂ ਬਣਾਉਂਦੇ ਹੋ ਜਿਵੇਂ ਜੱਟ ਜੇਮਸ ਬੌਂਡ ਹੋਈ ਜਾਂ ਡਬਲ ਦ ਟ੍ਰਿਬਲ ਜੀ ਇਹਨਾਂ ਦੇ ਜਿਹੜੇ ਬਜਟ ਨੇ ਉਹ ਅਪਰੋਕਸੀਮੇਟਲੀ ਕਿੰਨੇ ਕੁ ਹੁੰਦੇ ਹੋਣਗੇ ਕੁਛ ਆਈਡੀਆ ਵੈਸੇ ਜਸਟ ਫੋਰ ਅ ਰੈਗੂਲਰ ਆਈਡੀਆ ਐਕਚੁਅਲੀ ਬਜਟ ਜੀ ਡਿਪੈਂਡ ਕਰਦਾ ਵਾ ਫਿਲਮ ਟੂ ਫਿਲਮ ਅਤੇ ਜਿਵੇਂ ਕਾਸਟ ਦੇ ਅਕੋਰਡਿੰਗ ਜਾਂ ਹਰ ਚੀਜ਼ ਦੇ ਅਕੋਰਡਿੰਗ ਪਹਿਲਾਂ ਤਾਂ ਫਿਲਮਾਂ ਜਦੋਂ ਮੈਂ ਸ਼ੁਰੂ ਕੀਤਾ ਸੀ ਜਦੋਂ ਮੇਲ ਕਰਾ ਦੇ ਰੱਬਾ ਆਈ ਸੀ ਫਿਲਮ ਸੋ ਉਦੋਂ ਅਸੀਂ ਬੜੀ ਰੇਡੀਓ 'ਤੇ ਬੈਠ ਕੇ ਬੜਾ ਕਹਿੰਦੇ ਸੀ ਸਭ ਤੋਂ ਬਿਗੈਸਟ ਹਾਈਐਸਟ ਬਜਟ ਦੀ ਫਿਲਮ ਹੈ ਜੀ ₹3.5 crore ਰੁਪਇਆ ਲੱਗ ਗਿਆ ਬੱਲੇ ਬੱਲੇ ਬਟ ਹੁਣ ਤਾਂ ਫਿਲਮਾਂ ਜੀ ਜਿਵੇਂ ਜੱਟ ਜੇਮਸ ਬੌਂਡ ਸੀ ਆਲਮੋਸਟ 7-7.5 crore ਦੀ ਫਿਲਮ ਸੀ ਅਤੇ ਮੈਨੂੰ ਲੱਗਦਾ ਜਿਹੜੀ ਡਬਲ ਦੀ ਟ੍ਰਬਲ ਫਿਨਿਸ਼ ਹੋਈ ਆ ਕਿਉਂਕਿ ਉਹਦੇ 'ਚ ਕਾਸਟ ਬਹੁਤ ਜ਼ਿਆਦਾ ਆ ਅਤੇ ਇੱਕ ਅਸੀਂ ਮੈਂ ਦੱਸਿਆ ਕਿ ਡੇਜ਼ ਬਹੁਤ ਲੱਗੇ ਸ਼ੂਟ ਕਰਨ ਲਈ ਉਹ ਤਾਂ ਮੈਨੂੰ ਲੱਗਦਾ ਜੀ 8.5-9 crore ਦੇ ਲਾਗੇ ਹੋ ਜਾਣੀਆਂ ਫਿਲਮ ਸੋ ਬਜਟ ਬਹੁਤ ਜ਼ਿਆਦਾ ਹਾਈ ਹੋ ਗਏ ਨੇ ਬਟ ਉਹਦੇ ਨਾਲ ਨਾਲ ਇਹ ਤਾਂ ਇਕੁਅਲੈਂਟ ਟੂ ਬਾਲੀਵੁੱਡ ਮੂਵੀਜ਼ ਲੱਗ ਜਾ ਕੇ ਜਾ ਰਿਹਾ ਬਿਲਕੁਲ ਜੀ ਬਟ ਉਹਦੇ ਨਾਲ ਇਹ ਗਰੋਸਾਂ ਵੀ ਵੱਧ ਗਈਆਂ ਜੀ ਫਿਲਮ ਦੀਆਂ ਬਿਜ਼ਨਸ ਵੀ ਵੱਧ ਗਏ ਨੇ ਹੁਣ ਇੰਡੀਆ ਪੰਜਾਬ ਦੇ ਵਿੱਚ ਹੀ ਜੇ ਆਪਾਂ ਦੇਖੀਏ ਜੀ ਆਲਮੋਸਟ 150 ਸਕਰੀਨਾਂ ਹੋ ਗਈਆਂ ਜੀ ਜਿੱਥੇ ਫਿਲਮ ਲੱਗਦੀ ਆ ਇੱਕ ਦਿਨ ਦੇ ਵਿੱਚ ਹੀ ਮਤਲਬ 800-800 ਸ਼ੋਅ ਲੱਗਦਾ ਸੋ ਡੇ ਵਨ ਹੀ ਮਤਲਬ ਪਹਿਲੇ 3 ਦਿਨ ਹੀ ਫਿਲਮ ਦੀ ਰਿਟਰਨ ਬਹੁਤ ਜ਼ਿਆਦਾ ਹੋ ਜਾਂਦੀ ਆ 1.5-1.5 crore ਰੁਪਏ ਦਾ ਡੇ ਲੱਗਦਾ ਜੀ ਫਰਾਈਡੇ ਹੈ ਨਾ ਕਿਤੇ ਪਹਿਲਾਂ 3-4 ਦਿਨ ਨਹੀਂ ਸੀ ਲੱਗਦੇ ਹੁੰਦੇ ਇੰਨੇ ਪੈਸਿਆਂ ਦੇ ਸੋ ਮੈਨੂੰ ਲੱਗਦਾ ਫਿਗਰਾਂ ਵੀ ਵਧੀ ਜਾਂਦੀਆਂ ਜੋ ਮੋਸਟਲੀ ਵਧੂਗੀ ਉਸ ਹਿਸਾਬ ਨਾਲ ਬਜਟ ਵੀ ਵੱਧ ਜਾਣੇ ਨੈਚੁਰਲੀ ਓਨਾ ਹੀ ਹੋਰ ਬੈਟਰ ਕੁਆਲਿਟੀ ਦੀ ਪਿਕਚਰ ਬਣ ਸਕਦੀਆਂ ਜਿਹੜੀ ਮੋਸਟਲੀ ਪੰਜਾਬ ਦੇ ਵਿੱਚੋਂ ਤੁਹਾਡਾ ਗਰੋਸ ਮੈਕਸੀਮਮ ਨਿਕਲਦਾ ਜਾਂ ਇੱਥੇ ਤੁਹਾਡੇ ਜਿਹੜੀ ਓਵਰਸੀਜ਼ ਪ੍ਰੋਡਕਸ਼ਨ ਆ ਜਿਵੇਂ ਸਰੀ ਹੋ ਗਿਆ ਆਪਣਾ ਇਲਾਕਾ ਲੋਅਰ ਮੇਨਲੈਂਡ ਦਾ ਦੇਖੋ ਨੰਬਰ 1 ਤਾਂ ਪੰਜਾਬ ਹੀ ਹੈ ਜੀ ਅੱਛਾ ਪੰਜਾਬ ਦੇ ਵਿੱਚੋਂ ਤਾਂ ਬਹੁਤ ਸ਼ੇਅਰ ਆਉਂਦਾ ਜੀ ਕਿਉਂਕਿ ਮੇਜਰ ਆ ਬਹੁਤ ਕਿਉਂਕਿ ਪੰਜਾਬੀ ਹੈ ਵੀ ਬਹੁਤ ਸਾਰਾ ਕਾਲਜ ਜਿੰਨੇ ਵੀ ਸਾਰੇ ਜਾਂਦੇ ਨੇ ਵੇਖਣ ਦੂਸਰਾ ਇਹ ਆ ਵੀ ਹੁਣ ਜਿਵੇਂ ਪਹਿਲਾਂ ਫਿਲਮਾਂ ਚੰਡੀਗੜ੍ਹ ਵਰਗੇ ਸੈਕਟਰਾਂ 'ਚ ਘੱਟ ਚੱਲਦੀਆਂ ਸੀ ਬਟ ਹੁਣ ਉੱਥੇ ਵੀ ਬਹੁਤ ਮਤਲਬ ਗਾਹ ਪੈਂਦਾ ਜੀ ਫਿਲਮਾਂ ਦਾ ਉਸ ਤੋਂ ਬਾਅਦ ਜੇ ਸੈਕਿੰਡ ਕੋਈ ਜਗ੍ਹਾ ਵਾ ਤਾਂ ਉਹ ਹੈਗਾ ਜੀ ਕੈਨੇਡਾ ਤੇ ਫਿਰ ਆਸਟ੍ਰੇਲੀਆ ਫਿਰ ਯੂਕੇ ਫਿਰ ਅਮਰੀਕਾ ਅੱਛਾ ਆਸਟ੍ਰੇਲੀਆ ਮਤਲਬ 3rd number ਤੇ ਆ ਗਿਆ
ਮਤਲਬ ਭਿੜਦਾ ਹੀ ਆ ਜੀ ਕੈਨੇਡਾ ਨਾਲ ਤੇ ਆਲਮੋਸਟ ਦੂਜੇ ਦੇ ਨਾਲ ਹੀ ਕਹਿੰਦਾ ਵਾ ਕਿਉਂਕਿ ਆਸਟ੍ਰੇਲੀਆ 'ਚ ਬਹੁਤ ਲੋਕ ਫਿਲਮਾਂ ਨੂੰ ਦੇਖਦੇ ਨੇ ਜੀ ਬਹੁਤ ਜ਼ਿਆਦਾ ਸੋ ਕੈਨੇਡਾ ਅਤੇ ਆਲਮੋਸਟ ਆਸਟ੍ਰੇਲੀਆ ਦੀ ਗਰੋਸ ਸਿਮੀਲਰ ਜੀ ਹੁੰਦੀ ਆ ਕੋਈ ਬਾਹਲਾ ਫਰਕ ਨਹੀਂ ਹੁੰਦਾ ਹੈਗਾ ਮੋਸਟਲੀ ਉੱਥੇ ਤੁਸੀਂ ਸ਼ੋਜ਼ ਵਗੈਰਾ 'ਤੇ ਵੀ ਜਾਂਦੇ ਹੋਵੋਗੇ ਜੀ ਸਿਡਨੀ ਮੈਲਬੋਰਨ ਬ੍ਰਿਸਬਨ ਸਾਰੇ ਪਾਸੇ ਘੁੰਮ ਫਿਰ ਕੇ ਦੇਖਿਆ ਮੈਂ ਸੁਣਿਆ ਕਹਿੰਦੇ ਕਿ ਵੀ ਕੈਨੇਡਾ ਵਰਗਾ ਹੀ ਆ ਉਹ ਦੇਖੋ ਮੈਲਬਰਨ ਤਾਂ ਸੇਮ ਹੀ ਹੈ ਜੀ ਵੈਂਕੂਵਰ ਵਰਗਾ ਅੱਛਾ ਜਿਵੇਂ ਵੈਂਕੂਵਰ ਦੇ ਵਿੱਚ ਤੁਸੀਂ ਤੁਰੇ ਫਿਰਦੇ ਹੋ ਮੈਲਬਰਨ ਦੇ ਵਿੱਚ ਤੁਰੇ ਫਿਰਦੇ ਹੋ ਐਂ ਲੱਗਦਾ ਇੱਕੇ ਚੀਜ਼ ਆ ਸੋ ਬਾਕੀ ਥੋੜ੍ਹਾ ਜਿਹਾ ਮੈਨੂੰ ਐਂ ਲੱਗਦਾ ਹੁੰਦਾ ਵਾ ਪਤਾ ਨਹੀਂ ਮੈਨੂੰ ਇਹ ਲੱਗਦਾ ਜੀ ਸ਼ਾਇਦ ਕਿ ਨਹੀਂ ਵੀ ਉੱਥੇ ਵੈਸੇ ਤਾਂ ਮੈਨੂੰ ਅੰਗਰੇਜ਼ੀ ਵੈਸੇ ਹੀ ਘੱਟ ਸਮਝ ਆਉਂਦੀ ਹੈ ਜੀ ਮਤਲਬ ਉੱਥੇ ਦੇ ਗੋਰਿਆਂ ਦੀ ਮੈਨੂੰ ਜਮਾ ਹੀ ਨਹੀਂ ਸਮਝ ਆਉਂਦੀ ਹੈਗੀ ਥੋੜ੍ਹੇ ਮੈਨੂੰ ਰੂਡ ਜਿਹੇ ਲੱਗਦੇ ਹੁੰਦੇ ਨੇ ਵੀ ਉਹ ਬੋਲਦੇ ਨੇ ਇੰਨੇ ਥੋੜ੍ਹੇ ਪੋਲਾਈਟ ਨਹੀਂ ਗੇ ਇੱਥੇ ਤਾਂ ਉਹੀ ਸੜਕ ਸੁੜਕ 'ਤੇ ਕਈ ਵਾਰੀ ਲੰਘਦੇ ਉਹੀ ਗੋਰਾ ਦੇਖ ਕੇ ਸਮਾਈਲ ਕਰ ਦਿੰਦਾ ਉੱਥੇ ਕਰਦੇ ਨਹੀਂ ਜੀ ਉੱਥੇ ਤਾਂ ਮਤਲਬ ਝਾਕਦੇ ਹੀ ਨਹੀਂ ਟੇਢਾ ਜਿਹਾ ਬਾਕੀ ਉਹਦਾ ਠੀਕ ਹੈ ਜੀ ਪੰਜਾਬੀ ਤਾਂ ਬਾਕੀ ਜਿੱਥੇ ਹੈਗੇ ਨੇ ਉੱਥੇ ਵੀ ਜਾਈ ਫਿਰ ਸਾਰੇ ਪਿਆਰ ਕਰਦੇ ਬੱਲੇ 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 ਸੋ ਜਨਾਬ ਥੈਂਕ ਯੂ ਸੋ ਮੱਚ ਫੋਰ ਕਮਿੰਗ ਇਨ ਟੂਡੇ ਸੱਚੀ ਰੀਅਲੀ ਐਪਰੀਸ਼ੀਏਟ ਤੁਸੀਂ ਆਪਣਾ ਸਮਾਂ ਕੱਢਿਆ ਆਪਣੇ ਬਿਜ਼ੀ ਸਕੈਜੂਲ ਤੋਂ ਆਖਿਰ ਦੇ ਵਿੱਚ ਸਾਡੇ ਸਰੋਤਿਆਂ ਵਾਸਤੇ ਕੋਈ ਇੱਕ ਅੱਧਾ ਗੀਤ ਕੋਈ ਛੋਟਾ ਜਿਹਾ ਹੋ ਜਾਏ ਤੁਹਾਡੇ ਮੁੱਖ ਤੋਂ ਕੁਝ ਕੁਛ ਸੁਣਾ ਦਿਓ ਜੋ ਵੀ ਤੁਹਾਡੇ ਮਨ 'ਚ ਆਉਂਦਾ ਜ਼ਰੂਰ ਜੀ ਵਟਐਵਰ ਉਹ ਤੇਰੇ ਝਾਕੇ ਵਾਲੀ ਲੱਗੀ ਰਹਿੰਦੀ ਤੋੜ ਬੱਲੀਏ ਨੀ ਫਿੱਟ ਬੈਠ ਕੇ ਹਟੂਗਾ ਸਾਡਾ ਜੋੜ ਬੱਲੀਏ ਹੋ ਮੇਰਾ ਬਿੰਨ ਕੇ ਕਾਲ ਜਾ ਧਰ ਜਾਵੇਂ ਨੀ ਜਦੋਂ ਲੰਘੇ ਅੱਖ ਮਟਕਾ ਕੇ ਹੋ ਤੈਨੂੰ ਸੋਹਣੀਏ ਫੀਮ ਦੇ ਤੈਨੂੰ ਸੋਹਣੀਏ ਫੀਮ ਦੇ ਵਰਗੀ ਨੂੰ ਨੀ ਰੱਖੂ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ ਵਾਹ ਜੀ ਵਾਹ ਵੈਰੀ ਨਾਈਸ ਥੈਂਕ ਯੂ ਸੋ ਮੱਚ ਗਿੱਪੀ ਰੀਅਲੀ ਐਪਰੀਸ਼ੀਏਟ ਬਹੁਤ ਬਹੁਤ ਧੰਨਵਾਦ